ਕਿਸੇ ਨੇ ਸੱਚ ਹੀ ਕਿਹਾ ਕਿ ਲਗਾਤਾਰ ਮਿਹਨਤ ਕਰਨ ਵਾਲੇ ਲੋਕ ਆਪਣੀ ਮੰਜ਼ਿਲ ਨੂੰ ਅਖੀਰਕਾਰ ਹਾਸਿਲ ਕਰ ਹੀ ਲੈਂਦੇ ਨੇ। ਇਸ ਦੀ ਵੱਡੀ ਮਿਸਾਲ ਮਿਲੀ ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਦੇ ਅੰਕੁਸ਼ ਕੁਮਾਰ ਤੋਂ, ਜਿਸ ਨੇ UPSC ਟੈਸਟ ਪਾਸ ਕਰ ਪੂਰੇ ਭਾਰਤ ਵਿੱਚ 331 ਰੈਂਕ ਹਾਸਿਲ ਕੀਤਾ। ਅੰਕੁਸ਼ ਦੀ ਇਸ ਜਿੱਤ ਨੇ ਆਪਣੇ ਪਰਿਵਾਰ ਦੇ ਨਾਲ ਪੂਰੇ ਪਿੰਡ ਦਾ ਨਾਂ ਰੋਸ਼ਨ ਕੀਤਾ। ਇਸ ਕਾਮਯਾਬੀ ਨੂੰ ਲੈ ਕੇ ਜਦੋਂ ਅੰਕੁਸ਼ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਅੱਜ ਮੈਂ ਜੋ ਕੁਝ ਵੀ ਹਾਂ ਉਹ ਮੇਰੇ ਮਾਪਿਆਂ ਦੀ ਬਦੌਲਤ ਹੈ। ਇਸ ਦੇ ਨਾਲ ਹੀ ਅੰਕੁਸ਼ ਨੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ। ਸ਼ੁਰੂ ਤੋਂ ਹੀ ਉਹ ਪੜ੍ਹਾਈ ਵਿੱਚ ਬਹੁਤ ਮਿਹਨਤੀ ਸੀਗਾ ਜੀ, ਅਤੇ ਇਸ ਤਰ੍ਹਾਂ ਵੀ ਹਰ ਇੱਕ ਗੱਲ ਨੂੰ ਬਹੁਤ ਜਲਦੀ ਕੈਚ ਕਰਦਾ ਸੀਗਾ। ਮੈਥ ਉਹਨੂੰ ਸਪੈਸ਼ਲੀ ਛੋਟੇ ਹੁੰਦੇ ਤੋਂ ਮੈਂ ਆਪਣੇ ਆਪ ਹੀ ਕਰਾਉਂਦੀ ਸੀ, ਅਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਜਦੋਂ ਇਹ ਫਟਾਫਟ ਸਾਰਾ ਕੁਛ ਸਿੱਖ ਲੈਂਦਾ ਸੀਗਾ। ਅਤੇ ਉਹ ਲੱਗਦਾ ਸੀ ਆਪਦੇ ਆਪ ਨੂੰ ਵੀ ਹਾਂ ਇਹ ਬੱਚਾ ਕੁਛ ਕਰ ਸਕਦਾ, ਕਰ ਲੂਗਾ, ਪਰ ਅੱਜ ਇਹਨੇ ਕਰਕੇ ਦਿਖਾਤਾ ਤਾਂ ਸਾਨੂੰ ਬਹੁਤ ਖੁਸ਼ੀ ਹੈ। ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਬੱਚੇ ਨੇ ਮਿਹਨਤ ਕੀਤੀ ਹੈ, ਹੈ ਨਾ, ਪਰਮਾਤਮਾ ਦੀ ਰਹਿਮਤ ਹੋਈ ਹੈ ਤਾਂ ਹੀ ਇਹ ਮੈਨੂੰ ਮਿਲਿਆ। ਮੈਂ ਇਸ ਟੈਸਟ ਦੇ ਲਈ ਜੀ ਲਗਾਤਾਰ ਪਿਛਲੇ 3.5 ਸਾਲਾਂ ਤੋਂ ਇਸ ਦੇ ਲਈ ਪ੍ਰਿਪੇਅਰ ਕਰ ਰਿਹਾ ਹਾਂਗਾ। ਮੈਂ ਵਾਜੀਰਾਮ ਤੋਂ ਕੋਚਿੰਗ ਲੈ ਰਿਹਾ ਸੀਗਾ ਦਿੱਲੀ ਦੇ ਵਿੱਚ, ਮਤਲਬ ਇਸ ਦੇ ਲਈ 2014 ਦੇ ਵਿੱਚ। ਉਸ ਤੋਂ ਬਾਅਦ ਮੈਨੇ 2 ਸਾਲ ਆਪਦੀ ਸੈਲਫ ਸਟੱਡੀ ਕੀਤੀ ਹੈ ਜੀ। ਅਤੇ ਇਸ ਤੋਂ ਪਹਿਲਾਂ ਜੀ ਇਸਦਾ ਏਮ ਜੋ ਹੋਇਆ ਸੀਗਾ ਉਹ ਮੈਨੇ ਇੰਜੀਨੀਅਰਿੰਗ ਦੇ ਥਰੂ ਮੈਨੇ ਇੱਕ ਵਾਰੀ ਦੇਖਿਆ ਸੀਗਾ ਕਿ ਮੈਨੂੰ ਇਹ ਚੀਜ਼ ਪਰਸਿਊ ਕਰਨੀ ਚਾਹੀਦੀ ਹੈ, ਮੈਨੂੰ ਕਾਫੀ ਇੰਟਰਸਟ ਸੀ। ਲੇਕਿਨ ਉਸ ਟਾਈਮ ਮੈਨੂੰ ਥੋੜ੍ਹਾ ਜਿਹਾ ਡਰ ਲੱਗਦਾ ਸੀਗਾ ਕਿ ਹਾਂਜੀ ਇਹ ਚੀਜ਼ ਸ਼ਾਇਦ ਨਾ ਹੋ ਪਾਏ। ਫਿਰ ਉਸ ਤੋਂ ਬਾਅਦ ਮੈਨੇ ਇੱਕ ਸਾਲ ਜੋਬ ਕੀਤੀ, ਬਟ ਦੈਨ ਓਵਰ ਦੇਅਰ ਆਈ ਹੈਵ ਰਿਅਲਾਈਜ਼ਡ ਕਿ ਇਹ ਚੀਜ਼ ਮੈਨੇ ਜੋਬ ਨਹੀਂ ਕਰਨੀ, ਮੈਨੇ ਸਿਵਲ ਸਰਵਿਸਿਜ਼ ਵਗੈਰਾ ਦਾ ਹੀ ਕੋਈ ਇਗਜ਼ਾਮ ਦੇਣਾ। ਫਿਰ ਦੈਨ ਆਈ ਵੈਂਟ ਇਨ ਟੂ ਦਿਸ। ਫਿਰ ਉਸ ਤੋਂ ਬਾਅਦ ਮੈਂ ਕੰਟੀਨਿਊਸਲੀ ਡੈਡੀਕੇਟਡ ਵੇ ਨਾਲ ਇਹਦੇ ਵਿੱਚ ਹੀ ਪ੍ਰਿਪੇਅਰ ਕਰ ਰਿਹਾ ਹਾਂ ਜੀ ਇਸ ਦੇ ਇਗਜ਼ਾਮ ਦੇ ਲਈ। ਅੰਕੁਸ਼ ਮੇਰਾ ਕਜ਼ਨ ਬ੍ਰਦਰ ਹੈ, ਅਸੀਂ ਛੋਟੇ ਹੁੰਦੇ ਤੋਂ ਇਕੱਠੇ ਪੜ੍ਹੇ ਹਾਂ, ਏਜਮੇਟ ਸੀਗੇ ਅਸੀਂ। ਐਕਚੁਅਲੀ ਸਾਡਾ ਦੋਨਾਂ ਦਾ ਇੱਕ ਦੂਜੇ ਨਾਲ ਕੰਪੀਟੀਸ਼ਨ ਰਹਿੰਦਾ ਸੀ, ਕਦੀ ਇਹ ਥਰਡ, ਕਦੀ ਮੈਂ ਫੋਰਥ, ਕਦੀ ਇਹ ਸੈਕਿੰਡ, ਕਦੀ ਮੈਂ ਸੈਕਿੰਡ। ਮਤਲਬ ਇਸੇ ਕੰਪੀਟੀਸ਼ਨ ਦੇ ਵਿੱਚ ਇਹਨੇ ਇੰਜੀਨੀਅਰਿੰਗ ਕੀਤੀ। ਆਫਟਰ ਦੈਟ ਹੀ ਚੂਜ਼ ਫੋਰ IAS ਐਂਡ ਆਈ ਵੈਂਟ ਟੂ ਦਾ ਮੈਡੀਕਲ ਐਂਡ ਆਈ ਬਿਕੇਮ ਅ ਡਾਕਟਰੇਟ। ਹੀ ਇਜ਼ ਵੈਰੀ ਹਾਰਡ ਵਰਕਿੰਗ ਐਂਡ ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ। ਦੇਖੋ ਇਹ ਇਹਨਾਂ ਦੇ ਪਰਿਵਾਰ ਲਈ ਤਾਂ ਹੈਗੀ ਆ, ਸਾਡੇ ਹਲਕੇ ਲਈ, ਸਾਡੇ ਡਿਸਟ੍ਰਿਕਟ ਲਈ ਬੜੀ ਮਾਣ ਵਾਲੀ ਗੱਲ ਆ, ਕਿਉਂਕਿ ਇਹਨਾਂ ਨੇ ਅੰਕੁਸ਼ ਜੀ ਨੇ ਦੇਸ਼ ਦਾ ਜਿਹੜੀ ਸਭ ਤੋਂ ਵੱਡੀ ਪ੍ਰੀਖਿਆ ਉਹ ਕਲੀਅਰ ਕੀਤੀ ਆ, ਅਤੇ ਇਹਦੇ ਲਈ ਮੈਂ ਸਾਡੇ ਹਲਕੇ ਦੀ ਮਾਣ ਦੀ ਗੱਲ ਆ, ਮੈਂ ਇਹਨਾਂ ਨੂੰ ਵਧਾਈ ਦੇਣੀ ਇੱਥੇ ਪਹੁੰਚਿਆ। ਅਤੇ ਇਹਨਾਂ ਨੂੰ ਦੇਖ ਕੇ ਸਾਡੇ ਜ਼ਿਲ੍ਹੇ ਦੇ, ਸਾਡੇ ਹਲਕੇ ਦੇ ਹੋਰ ਬੱਚਿਆਂ ਨੂੰ ਮੋਟੀਵੇਸ਼ਨ ਮਿਲੂਗੀ, ਅਤੇ ਉਹ ਵੀ ਮਿਹਨਤ ਕਰਨਗੇ ਅਤੇ ਅੰਕੁਸ਼ ਵਾਲੀ ਪੋਜੀਸ਼ਨ 'ਤੇ ਪਹੁੰਚਣ ਦੀ ਕੋਸ਼ਿਸ਼। ਮੈਂ ਪੂਰਾ ਖੁਸ਼ ਹਾਂ ਜੀ, ਪੂਰਾ ਪਰਮਾਤਮਾ ਨੇ ਬਹੁਤ ਰਹਿਮਤ ਵਰਤੀ, ਬਹੁਤ ਮਨ ਕਿਹਾ ਨਹੀਂ ਦੱਸ ਸਕਦਾ ਜਿੰਨਾ ਮੈਂ ਖੁਸ਼ ਹਾਂ। ਛੋਟਾ ਹੋਇਆ ਬੱਚਾ ਸੀਗਾ ਇਹ, ਥੋੜ੍ਹਾ ਮੋਟਾ ਇੱਧਰ ਉੱਧਰ ਘੁੰਮਦਾ ਸੀ, ਬਹੁਤ ਕਿਹਾ। ਇੱਕ ਵਾਰੀ ਮੇਰੇ ਯਾਦ ਆ ਵੀ ਇੱਕ ਵਾਰੀ ਮੈਂ ਇਹਦੇ 'ਤੇ ਇੰਨਾ ਟਾਈਮ, ਮੇਰੇ ਅੱਜ ਵੀ ਜੇ ਉਹ ਸੀਨ ਜ਼ਿਆਦਾ ਜਾਂਦਾ ਤਾਂ ਮੈਂ ਆਪਦੇ ਆਪ ਨੂੰ ਕੰਮਣ ਲੱਗ ਜਾਂਦਾ ਵੀ ਮੈਂ ਕੀ ਕੀਤਾ ਸੀਗਾ। ਉਦੋਂ ਬਾਅਦ ਇੰਨਾ ਇਹ ਹੋਇਆ ਅਤੇ ਬੱਚੇ ਦੀ ਮੈਂ ਦੇਣ ਨਹੀਂ ਦੇ ਸਕਦਾ, ਇਹਨੇ ਪੜ੍ਹਾਈ ਦੇ ਤੌਰ 'ਤੇ ਬਹੁਤ ਬਿਲਕੁਲ ਇਹਨੇ ਐਫਰਟ ਕੀਤੇ ਨੇਗੇ, ਅਤੇ ਅੱਜ ਜਿਹੜਾ ਕੁਛ ਮੈਂ ਸੋਚਿਆ ਵੀ ਨਹੀਂ ਸੀਗਾ ਅਤੇ ਵੀ ਇਹ ਬੱਚਾ ਕਰ ਦੂਗਾ, ਉਹ ਮੈਨੂੰ ਕਰਕੇ ਦਿਖਾਤਾ, ਜਿਹੜਾ ਅੱਜ ਕਿ ਮੇਰਾ ਸਾਰੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਮੈਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਵਧਾਈਆਂ ਆ ਰਹੀਆਂ ਹੈਗੀਆਂ। ਬਹੁਤ ਮੈਂ ਖੁਸ਼ ਹਾਂ, ਬਹੁਤ ਮੈਨੂੰ ਪਰਿਵਾਰਕ ਤੌਰ 'ਤੇ ਮੈਂ ਹੋਇਆ। ਬਾਕੀ ਮੇਰੀ ਫੈਮਿਲੀ ਦੇ ਵਿੱਚ ਸਾਰੇ ਮੇਰੇ ਪਰਿਵਾਰ ਨੇ, ਵੱਡੇ ਵੱਡੇ ਭਰਾ ਨੇ, ਸਾਰਿਆਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ।